ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਾਣੇ? ਠੀਕ ਠਾਕ ਵਧੀਆ, ਅਤੇ ਆਪਾਂ ਵੀ ਬਿਲਕੁਲ ਵਧੀਆ। ਅੱਜ ਸ਼ਾਇਦ ਤੁਹਾਨੂੰ ਰੋਸ਼ਨੀ ਜ਼ਿਆਦਾ ਪੈਂਦੀ ਹੋਣੀ ਹੈ, ਕਿਉਂਕਿ ਅੱਜ ਸਾਡੇ ਬਾਹਰ ਧੁੱਪ ਲੱਗੀ ਆ, ਅਤੇ ਗੁਰਸ਼ਾਨ ਇੱਧਰ ਮਸਤੀ ਪੂਰੀ ਕਰਨ ਡਿਆ ਆ। ਅੱਛਾ, ਸਾਡੇ ਲਾਗੇ ਇੱਕ ਛੋਟੀ ਜਿਹੀ ਗੁੜੀਆ ਆ, ਪੌਣੇ ਕੁ 2 ਸਾਲ ਦੀ, 2 ਸਾਲ ਡੇਢ 2 ਸਾਲ ਦੀ ਆ, ਅਤੇ ਉਹਦੀ ਗੱਡੀ ਲਿਆਇਆ ਵਾ ਅਤੇ ਖੇਡਣ ਡਿਆ ਵਾ। ਬਸ ਆਹੀ ਕੰਮ ਆ, ਪੂਰੀ ਮਸਤੀ 'ਚ ਲੱਗਾ। ਅਤੇ ਜਿਹੜੀ ਅੱਜ ਵਾਲੀ ਵੀਡੀਓ ਆ, ਇਹਦੇ ਵਿੱਚ ਆਪਾਂ ਮਤਲਬ ਕਿ ਕੁਛ ਵੀ ਖਾਣ ਪੀਣ ਵਾਲੀ ਵੀਡੀਓ ਨਹੀਂ ਬਣਾਈ ਅੱਜ, ਸਿਰਫ ਵੀਡੀਓ ਆ। ਚਲੋ ਨਵਾਂ ਸਾਲ ਆਉਣ ਲੱਗਾ ਵਾ, ਸਾਰਿਆਂ ਨੂੰ ਇੱਕ ਵਾਰੀ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਸਬਸਕ੍ਰਾਈਬਰ ਨੂੰ ਵਿਊਵਰਸ ਨੂੰ ਬਹੁਤ ਬਹੁਤ ਵਧਾਈ ਹੋਵੇ। ਬਾਕੀ ਸਾਡੇ ਵਾਸਤੇ ਤਾਂ ਅਸਲੀ ਨਵਾਂ ਸਾਲ ਉਹ ਦਿਨ ਆਊਗਾ ਜਿੱਦਣ ਸਾਡੇ ਕਿਸਾਨਾਂ ਦੇ ਜਿਹੜੇ ਆ ਵੀ ਹੱਕ ਮਿਲਣਗੇ ਸਾਨੂੰ, ਆਪਾਂ ਤਾਂ ਉਸ ਦਿਨ ਆਪਾਂ ਸੈਲੀਬ੍ਰੇਟ ਕਰਾਂਗੇ ਸਾਰਾ ਕੁਛ, ਅਤੇ ਉਸ ਦਿਨ ਆਪਾਂ ਆਪਣਾ ਜਿਹੜਾ ਨਵਾਂ ਸਾਲ ਆ ਮਨਾਵਾਂਗੇ। ਚਲੋ ਸ਼ਾਇਦ ਥੋੜ੍ਹਾ ਥੋੜ੍ਹਾ ਸਰਕਾਰ ਲਾਗੇ ਆ ਗਈ ਆ, ਆਪਣੀਆਂ ਜਿਹੜੀਆਂ ਮੰਗਾਂ ਵਾ ਸ਼ਾਇਦ ਹੋਰ ਜਲਦੀ ਮੰਨ ਲਊਗੀ। ਬਾਕੀ 4 ਤਰੀਕ ਨੂੰ ਪਤਾ ਲੱਗ ਜਾਊਗਾ ਕੀ ਹਿਸਾਬ ਕਿਤਾਬ ਆ। ਬਾਕੀ ਚਲੋ 2020 ਨੇ ਤਾਂ ਕੰਨਾਂ ਨੂੰ ਹੱਥ ਲਵਾ ਦਿੱਤੇ, ਜਿੱਦਾਂ ਦਾ ਇਹ ਸਾਲ ਸੀ, ਇਸ ਸਾਲ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹ ਇਸ ਤਰ੍ਹਾਂ ਵੀ ਚਲੋ ਫਾਇਦਾ ਵੀ ਬਹੁਤ ਹੋਇਆ ਅਤੇ ਨੁਕਸਾਨ ਵੀ ਬਹੁਤ ਹੋਇਆ। ਚੰਗਾ ਕੰਮ ਤਾਂ ਚਲੋ ਜੋ ਪਰਮਾਤਮਾ ਕਰਦਾ ਵਧੀਆ ਹੀ ਕਰਦਾ, ਅਤੇ ਆਪਾਂ ਸੋਚਦੇ ਹੀ ਕਿ ਕਿਉਂ ਨਾ ਆਪਾਂ ਇੱਕ ਵੀਡੀਓ ਇੱਦਾਂ ਦੀ ਬਣਾਈ, ਕਿਉਂਕਿ ਮੈਨੂੰ ਮੈਂ ਜਿਹੜੀ ਹੁਣ ਵੀਡੀਓ ਪਾਈ ਆ ਉਹਨਾਂ ਵਿੱਚ ਬਹੁਤ ਜ਼ਿਆਦਾ ਕਮੈਂਟ, ਨੈਗੇਟਿਵ ਕਮੈਂਟ ਇੱਦਾਂ ਹੁੰਦੇ ਆ, ਤੁਸੀਂ ਵੀਡੀਓ ਬਣਾਉਂਦੇ ਕਿਸਾਨਾਂ 'ਤੇ ਨਹੀਂ ਪਾਉਂਦੇ, ਵੀ ਇਹ ਕਿਉਂ ਇੱਦਾਂ ਕਰਦੇ ਹੋ। ਮੈਂ ਇਸ ਇਹ ਕਰਕੇ ਨਹੀਂ, ਮੈਂ ਵੀਡੀਓ ਦਾ ਤੁਸੀਂ ਮੈਨੂੰ ਹੁਣ ਜਿੱਦਾਂ ਵੀ ਮਰਜ਼ੀ ਲਾ ਲਓ ਕਿ ਜਿਹੜੀ ਹੈ ਮੈਂ ਵੀਡੀਓ ਕਿਸਾਨਾਂ ਵਾਲੀ ਵੀਡੀਓ ਆ, ਮੈਂ ਉਹਨਾਂ ਦੇ ਹੱਕ ਦੇ ਵਿੱਚ ਹਾਂ, ਕਿਉਂਕਿ ਮੇਰੀ ਫੈਮਿਲੀ ਖੁਦ ਉੱਥੇ ਬੈਠੀ ਨੂੰ ਅੱਜ 19-20 ਦਿਨ ਹੋ ਗਏ ਆ। ਮੇਰੀ ਸਿਸਟਰ ਆ, ਮੇਰਾ ਭਾਜੀ ਆ, ਮੇਰਾ ਵੀਰ ਆ, ਸਾਰੇ ਉੱਥੇ ਬੈਠੇ ਆ, ਅਤੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਪਤਾ ਨਹੀਂ ਕਿਉਂ ਆ ਇੰਨੇ ਬੈਡ ਬੈਡ ਕਮੈਂਟ ਕਰਦੇ ਆ, ਤੁਸੀਂ ਕਿਸਾਨਾਂ ਦੀ ਵੀਡੀਓ ਨਹੀਂ ਬਣਾਉਂਦੇ ਵੀ। ਪਤਾ ਮੈਂ ਹੁਣ ਤੁਸੀਂ ਮੇਰੀਆਂ ਵੀਡੀਓ ਵੇਖਦੇ ਹੋ, ਮੈਂ ਇਕੱਲੀ ਜਾਣੀ ਆ ਵੀਡੀਓ ਬਣਾਉਂਦੀ ਹਾਂ, ਮੈਂ ਜਿੰਨੀ ਹੋ ਸਕਦੀ ਮੈਂ ਉਹਦੀ ਸਪੋਰਟ ਕਰਦੀ ਹਾਂ, ਮੈਂ ਕਰਦੀ ਰਹਾਂਗੀ। ਬਾਕੀ ਆ ਵੀ ਚਲੋ ਦਿਲੋਂ ਹੋਣਾ ਚਾਹੀਦਾ ਵਾ, ਜੇ ਮੇਰੇ ਕਿਹਾ ਮੈਨੂੰ ਨਾ ਇੱਕ ਮੈਨੂੰ ਹੁਣ ਉਹਦਾ ਕਮੈਂਟ ਦੇ ਵਿੱਚ ਨਾ ਪੰਜਾਬ ਲਵਸ ਕਰਕੇ ਕੁਛ ਇੱਦਾਂ ਦਾ ਨਾਂ ਦਿੱਤੇ, ਮਤਲਬ ਕਿ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਤੁਸੀਂ ਪੈਸਿਆਂ ਕਰਕੇ ਵੀਡੀਓ ਬਣਾਉਂਦੇ ਆ। ਚਲੋ ਹਰ ਇੱਕ ਦੀ ਮਜਬੂਰੀ ਹੁੰਦੀ ਆ ਵੀ ਚਲੋ ਠੀਕ ਆ, ਮੈਂ ਮੰਨਦੀ ਹਾਂ ਮੈਂ ਪੈਸੇ ਲਈ ਕਰਨ ਡਈ ਇਹ ਕੰਮ, ਅਤੇ ਹੁਣ ਜਿਹੜੇ ਉੱਥੇ ਧਰਨੇ 'ਤੇ ਬੈਠੇ ਆ ਜਿਹੜੇ ਆ ਆਪਾਂ ਪੱਤਰਕਾਰ ਨੇ ਜਿਹੜੇ ਰੋਜ਼ ਨਿਊਜ਼ ਚਲਾਉਣ ਡਿਆ, ਫਿਰ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਪੈਸਿਆਂ ਕਰਕੇ ਕਰਦੇ? ਪਤਾ ਨਹੀਂ ਕੀ ਗੱਲ ਆ, ਕਿਉਂ ਬੈਡ ਕਮੈਂਟ ਇੰਨੇ ਕਰਦੇ ਆ। ਚਲੋ ਬਾਕੀ ਕੋਈ ਗੱਲ ਨਹੀਂ, ਮੈਨੂੰ ਉਹਦਾ ਕਮੈਂਟ ਨਹੀਂ ਹੀ ਚੰਗਾ ਲੱਗਾ, ਮੈਂ ਉਹਨੂੰ ਰਿਪਲਾਈ ਕਰਤਾ, ਉਹਨੂੰ ਮੈਂ ਹਾਈਡ ਕਰਤਾ, ਠੀਕ ਆ, ਕਿਉਂਕਿ ਜਦੋਂ ਅਗਲੇ ਦੀ ਤੁਸੀਂ ਮਜਬੂਰੀ ਸਮਝਦੇ ਹੀ ਨਹੀਂ ਆ। ਇੱਕ ਤਾਂ ਅਸੀਂ ਚਲੋ ਬਾਹਰ ਬੈਠੇ ਹਾਂ ਵੀ ਸਾਡੀ ਬਹੁਤ ਵੱਡੀ ਮਜਬੂਰੀ ਆ ਵੀ ਅਸੀਂ ਨਹੀਂ ਜਾ ਸਕਦੇ, ਪਰ ਜਿਹੜੇ ਸਾਡੇ ਫੈਮਿਲੀ ਮੈਂਬਰ ਬੈਠੇ ਕੰਮ ਸੇ ਕੰਮ, ਉਹਨਾਂ ਬਾਰੇ ਸੋਚ ਲਿਆ ਕਰੋ ਵੀ ਇਹ ਨਹੀਂ ਹੈਗੇ ਇਹਨਾਂ ਦੇ ਘਰ ਦੇ ਮੈਂਬਰ ਤਾਂ ਬੈਠੇ ਆ, ਪਤਾ ਨਹੀਂ ਕੀ ਸੋਚ। ਇੱਕ ਤਾਂ ਵੀਡੀਓ ਵੇਖਣੀ ਵੀ ਆ, ਵੇਖ ਕੇ ਚਲੋ ਠੀਕ ਆ, ਜੇ ਤੁਹਾਨੂੰ ਤੁਸੀਂ ਇੱਧਰ ਕਮੈਂਟ ਕਰਨੇ ਤੁਸੀਂ ਨਾ ਵੇਖੋ ਵੀਡੀਓ ਸਕਿੱਪ ਕਰ ਜਾਓ, ਵੇਖਣੀ ਵੀ ਆ ਵੀਡੀਓ ਸਾਰਾ ਕੁਛ ਕਰਨਾ, ਫਿਰ ਬੈਡ ਕਮੈਂਟ ਵੀ ਕਰਨੇ ਆ, ਪਤਾ ਨਹੀਂ ਉਹ ਕੀ ਸੋਚ ਕੇ ਬੈਡ ਕਮੈਂਟ ਕਰਦੇ ਆ। ਚਲੋ ਕੋਈ ਗੱਲ ਨਹੀਂ, ਰੱਬ ਉਹਨਾਂ ਦੇ ਵੀ ਭਲੀ ਕਰੂਗਾ, ਕਿਉਂਕਿ ਗਾਂ 2000 ਜਿਹੜਾ 21 ਆ ਆਉਣ ਵਾਲਾ ਵਾ, ਇਸ ਕਰਕੇ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਕੁਛ ਕਹੀਏ ਇੱਦਾਂ ਦਾ। ਅਤੇ ਇੱਧਰ ਗੁਰਸ਼ਾਨ ਵੀ ਆ ਗਿਆ, ਹੈਲੋ ਕਰ ਦਿਓ ਸ਼ਾਨੀ, ਸਾਰਿਆਂ ਨੂੰ ਹੈਲੋ ਕਰ ਦਿਓ, ਫਿਰ ਹੈਲੋ ਵੀ ਕਰੋ ਨਾ ਇੱਦਾਂ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀ ਕਰ ਦਿਓ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਕਿੱਦਾਂ ਕਹੀਦਾ ਸਤਿ ਸ਼੍ਰੀ ਅਕਾਲ, ਮੈਂ ਹੀ ਕਹਾਂ, ਅੱਛਾ ਠੀਕ ਆ, ਕਹਿੰਦਾ ਮੰਮਾ ਤੂੰ ਇਹੀ ਕਹਿੰਦੇ ਹੋ ਸਤਿ ਸ਼੍ਰੀ ਅਕਾਲ ਬਸ। ਚਲੋ ਕੋਈ ਗੱਲ ਨਹੀਂ, ਛੋਟਾ ਆ ਸਮਝ ਜੂਗਾ। ਹੋਰ ਦੱਸੋ ਜੀ, ਕਿੱਦਾਂ ਸਾਰੇ ਜਾਣੇ? ਠੀਕ ਠਾਕ ਵਧੀਆ। ਅਤੇ ਕਈਆਂ ਦੇ ਵਿੱਚ ਕਮੈਂਟ ਕੀਤਾ ਸਾਗ ਬਣਾਉਣਾ, ਇਹ ਤਾਂ ਸਾਰਿਆਂ ਨੂੰ ਆਉਂਦਾ ਵੀ ਆਉਂਦਾ, ਤਾਂ ਵੀ ਵਿਊਵਰਸ ਵਾ ਸਾਰੇ ਨੂੰ ਆਉਂਦੇ ਆ, ਕੰਮ ਕਰਨਾ ਕੋਈ ਵੀ ਇਹੋ ਜਿਹਾ ਬੰਦਾ ਜਿਹਨੂੰ ਕੰਮ ਕੋਈ ਵੀ ਨਹੀਂ ਆਉਂਦਾ, ਠੀਕ ਆ ਨਾ, ਸਾਰਿਆਂ ਨੂੰ ਹੀ ਆਉਂਦਾ, ਹਰ ਇੱਕ ਨੂੰ ਸਬਜ਼ੀ ਬਣਾਉਣੀ ਵੀ ਆਉਂਦੀ, ਸਾਗ ਬਣਾਉਣਾ ਆਉਂਦਾ, ਸਾਰਾ ਕੋਈ ਜਿਹੜਾ ਵੀ ਕੋਈ ਇਹ ਦੁਨੀਆਂ 'ਤੇ ਆਇਆ ਬੈਠਾ ਉਹ ਸਾਰੇ ਕੰਮ ਕਰ ਲੈਂਦਾ, ਪਰ ਬੈਡ ਕਮੈਂਟ ਕਰਨਾ ਹੀ ਕਰਨਾ। ਅੱਜ ਤੱਕ
मैं शायद मैं वीडियो हूँ बनाया शुरू की, मैं तीन चार महीने तो व्लॉगिंग शुरू की है। मैं सिर्फ ओनू ही कमेंट करती हूँ भी जेड़ा बहुत ज्यादा मेरी वीडियो तो मेनू ही कोई कमेंट करता। अज तक मैं कदे किसी नू कमेंट नहीं किया इदा का जेड़ा अगले का ठीक है, अगले की मजबूरी है, अगला काम कर दिया कर दो तो कमेंट बार करना ही करना वा, बैड कमेंट करना ही करना, हटना नहीं है। अज तक मैं कदी किसी नू इदा का कमेंट नहीं किया भी अगले नू दुख लगे, अगला हाडा ना लैके सारी दुनिया नू दसे भी अही आ कमेंट किया ही, तो उन्हें हुण मैनू किन्ने जणा कमेंट किया, पर मैं जदों अंदरों बहुत ही दुखी होनी फिर मैं ना बोल देनी ठीक है ना। इस करके तुम नहीं चंगा लगता ना वेखो वीडियो, वेखनिया भी वीडियो कमेंट भी करने हैं तो चलो फिर करी जाओ, फिर मैं तो हाइड ही करो कर सकती हूँ, होर इस मैं बद कुछ नहीं कर सकती ठीक है ना। बाकी चलो जी 2021 जिहड़ा वा नवा साल आ बहुत वधिया वधिया आवे, क्योंकि साढ़े तो 2020 दे विच करोना ने इंटरी विच बहुत तबाही मचाई ही, बहुत नुकसान किया, अही घट्टो घट्ट 2.5-3 महीने काम तो जेडे अही घर बैठे रहे हैं, तो आप घर बैठे रहे हैं। चलो फिर अपना जो काम चलन डे पे तो फिर साडा काम वधिया हुण चलता पिया आ, तो चलो इस बार बाबा जी की बहुत कृपा आ, वधिया आ कि काम चलन डिया आ, चलता ही रवे तो वधिया गल आ। तो ये तो हुण तो 2 दिन पहला हो गया साढ़े इतने न्यूज़ आई है इटली दे विच भी कई शहरों के जोड़ा वा भूचाल भी बहुत आया वा, नुकसान भी बहुत, मतलब कि एक दो थावान पर एक दो जन की डैथ भी हो गई आ, घर टुट गए आ, और शायद पुराने घर ही जोड़े टुट गए। तो इस करके इटली वाले वास्ते शायद मेरे ख्याल नाल भी 2020 जिहड़ा भी है बहुत ज़्यादा माड़ा रहा है, तो परमात्मा ना करे 2021 भी इदा आए, परमात्मा करे वधिया वधिया आए साढ़े सारे वास्ते वधिया वधिया आए, आपां तां इही अरदास करते हैं। बाकी साढ़े वास्ते तो 2021 उस दिन ही आऊगा जिस दिन सानू साढ़े हक मिलणगे, जिस दिन आपां दिल्ली दे विचों सानू साढ़े हक मिलणगे, साढ़े किसान वीर मेरे जिद्दां हुण साडियां फैमिली मैंबर सारे उत्थे बैठे आ, वो वापस कराउण आउणगे। साढ़े वास्ते नवां साल उदण ही आ, अहें उदण ही सैलीब्रेट करांगे, कल नूं अहीं कोई सैलीब्रेट नहीं करांगे, कुछ नहीं करांगे, जो खाए पीता नॉर्मल खावा पीवोंगे, कोई स्पैशल नहीं बनूंगा, कोई कुछ नहीं। हाँ उस दिन जरूर स्पैशल बनूंगा जिस दिन आपां अपना जिहड़ा कानून रद्द हो जाणगे तो फिर आपां सैलीब्रेट करांगे ठीक है जी। होर दसो जी सारे जाने आपो अपने घरां विच ठीक ठाक आ, वधिया आ। तो होर मैं तुहानूं दस दिंदी हां क्योंकि हुण ओह गुरशान मेरा ना फोन इत्थों लै गया चक के, मैनूं सारे ने कमेंट करके पुछदे सी भी गुरशान किन्ने साल दा आ। गुरशान अक्तूबर विच 5 साल दा जी हो गया आ, ते होर भी बड़े कमेंट आउंदे इदां भी गुरशान दा स्कूल लगदा वा। गुरशान दा स्कूल हुण दसंबर विच बंद होया ही, 22 दसंबर तो बंद ही, 23 तरीक नूं उहनूं छुट्टियां पईआं ही, ते 6 तरीक तक वा उह घर आ, ते 7 तरीक नूं स्कूल लगेगा। फिलहाल तां इही आ भी स्कूल लगना आ, बाकी स्कूल लगन तो बाद पता लगेगा भी रैगूलर जाते बच्चे जा नहीं जाते। फिलहाल विच न्यूज़ आई जाती वा भी बच्चे जाणगे, तो बाकी आंदे बच्चे जाण तो बाद पता लगेगा कि स्कूल ओपन होणगे जां बंद होणगे, जे माहौल ठीक रहा फिर तो चलणगे। आपां तां कहिंदे आ भी परमात्मा करे सही रहे ते जिहड़े स्कूल आ चलदे ही रहण वधिया, क्योंकि बच्चे घर भी जाण ही खा लैंदे आ, क्योंकि जिन्हां कोल इक वा वह एक नहीं टिकन देंगे, जिदा को 2 नहीं टिकन देते। इस करके स्कूले वधिया आ, घर तो ये बहुत सारी दिहाड़ी फोन से लगे रेंदे, टीविया से लगे रेंदे आ ठीक है जी। बाकी होर सारे जने पुछदे आ भी तरन की काम करते आ, भाजी की काम करते आ। मैं शायद पहले भी वह वीडियो एक दो दस्या वा भी वह फैक्ट्री काम करते, सवेरे घरों 6:30 चल जाते आ, तो शाम 4:30 कई बार 4 कई बार 5 भी बज जाते काम तो आते आते हैं, तो इस करके वीडियो के घट आए आ। तो होर तो कोई गल नहीं, इस टाइम भी मैं घर वहाँ तो गुरशान घर आ तो कम तो आ, तो बाकी ये नहीं आ कि वह कई कमेंट होंगे शायद वह गुस्से वाले जो कि यहोजी कोई गल नहीं है। जड़िया मैं वीडियो बनाई हाँ वह मेरिया जो वीडियो एडिटिंग भी उही करते, सब कुछ उही कम करते, सिर्फ मैं जी वीडियो बनाने वाले जहाँ तो सारे काम बाकी जरा वा वह तरन ही करते हैं, यहोजी कोई गलबात नहीं है। बाकी जदों फ्री होंगे आ बाकी देखांगे आप कल नूं जां परसों, क्योंकि 3 दिन घर आ तरन, कल शुक्रवार शनिवार तो ऐतवार,
ਤੇ ਵੇਖਦੇ ਆਪਾਂ ਕਿਸੇ ਦਿਨ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਲਾਈਵ ਵੀ ਹੋਵਾਂਗੇ ਫੇਸਬੁੱਕ 'ਤੇ ਵੀ ਹੋ ਸਕਦੇ ਹਾਂ ਯੂਟਿਊਬ 'ਤੇ ਵੀ ਹੋ ਸਕਦਾ ਦੋਵਾਂ ਜਗ੍ਹਾ 'ਤੇ ਹੋ ਜਾਈਏ ਆਪਾਂ ਠੀਕ ਆ ਜੀ ਅਤੇ ਬਸ ਇਹੀ ਛੋਟੀਆਂ ਛੋਟੀਆਂ ਗੱਲਾਂ ਹੀ ਬਾਕੀ ਪਲੀਜ਼ ਸਾਰੇ ਜਣੇ ਇੱਦਾਂ ਹੀ ਪਿਆਰ ਦਿੰਦੇ ਰਿਹਾ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਅਤੇ ਜਿਹਨਾਂ ਨੇ ਬੈਡ ਕਮੈਂਟ ਕਰਨੇ ਪਲੀਜ਼ ਉਹ ਵੀਡੀਓ ਨਾ ਵੇਖਿਆ ਕਰਨ ਬਾਕੀ ਬਹੁਤੇ ਪਿਆਰ ਕਰਨ ਵਾਲੇ ਆ ਕੋਈ ਇੱਕ ਦੋ ਹੀ ਆ ਜਿਹੜੇ ਆ ਵਿੱਚ ਕਮੈਂਟ ਕਰਨ ਨੂੰ ਨਹੀਂ ਹਟਦੇ ਨਹੀਂ ਟਲਦੇ ਚਲੋ ਕੋਈ ਗੱਲ ਨਹੀਂ ਸਾਰੀ ਦੁਨੀਆਂ ਵਿੱਚ ਜਿੱਦਾਂ ਹੁਣ ਮੋਦੀ ਗੰਦਾ ਵਾ ਹੁੰਦੇ ਹੀ ਆ ਕੋਈ ਗੱਲ ਨਹੀਂ ਜਿੱਦਾਂ ਮੋਦੀ ਗੰਦਾ ਵਾ ਸਮਝਣਗੇ ਵੀ ਇੱਦਾਂ ਦੇ ਹੀ ਆ ਠੀਕ ਆ ਹੋਰ ਦੱਸੋ ਜੀ ਕੋਈ ਨਵੀਂ ਤਾਜ਼ੀ ਗੱਲਬਾਤ ਸਾਰੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਆ ਵਧੀਆ ਆ ਅਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ ਫਿਲਹਾਲ ਬਾਕੀ ਮੈਨੂੰ ਇਹ ਵੀ ਦੱਸ ਸਕਦੇ ਆ ਵੀ ਜਿਹੜੇ ਮੈਨੂੰ ਇੱਦਾਂ ਦੇ ਬੈਡ ਕਮੈਂਟ ਕਰਦੇ ਆ ਵੀ ਤੁਸੀਂ ਪੈਸਿਆਂ ਲਈ ਕੰਮ ਕਰਦੇ ਆ ਅਤੇ ਪੈਸਿਆਂ ਲਈ ਕੌਣ ਕੰਮ ਨਹੀਂ ਕਰਦਾ ਜੇ ਆਪਾਂ ਤੁਰੇ ਫਿਰਦੇ ਹਾਂ ਤਾਂ ਪੈਸਿਆਂ ਲਈ ਤੁਰੇ ਫਿਰਦੇ ਹਾਂ ਇਸ ਕਰਕੇ ਪੈਸਿਆਂ ਲਈ ਤੁਰੇ ਫਿਰਦੇ ਹਾਂ ਕਿ ਸਾਡੇ ਬੱਚੇ ਜਿਹੜੇ ਖਾ ਸਕਣ ਰੋਟੀ ਵਧੀਆ ਕੱਪੜਾ ਜਿਹੜਾ ਪਾ ਸਕਣ ਕਰਦੇ ਸਾਰੇ ਹੀ ਆ ਸਿਰਫ ਇਹ ਆ ਵੀ ਦੂਜੇ ਨੂੰ ਬੁਰਾ ਜ਼ਰੂਰ ਕਹਿਣਾ ਆ ਠੀਕ ਆ ਨਾ ਹੁਣ ਜਿਨ੍ਹਾਂ ਨੇ ਬੈਡ ਕਮੈਂਟ ਕੀਤੇ ਆ ਭੁੱਖੇ ਦੇ ਉਹ ਵੀ ਨਹੀਂ ਹੋਣਗੇ ਕੱਪੜਾ ਤਾਂ ਉਹਨਾਂ ਨੇ ਵੀ ਪਾਇਆ ਹੋਊਗਾ ਬਸ ਇਹ ਆ ਵੀ ਸਾਡੇ ਹੀ ਦੁਆਲੇ ਹੋਣਾ ਵਾ ਤਾਂ ਕੋਈ ਗੱਲ ਨਹੀਂ ਚਲੋ ਹੋ ਜਾਓ ਵੀ ਠੀਕ ਆ ਜੀ ਬਸ ਇਹੀ ਛੋਟੀਆਂ ਛੋਟੀਆਂ ਗੱਲਾਂ ਹੀ ਬਾਕੀ ਨਵਾਂ ਸਾਲ ਤਾਂ ਸਾਡੇ ਵਾਸਤੇ ਉੱਦਣ ਹੀ ਆ ਜਿਸ ਦਿਨ ਸਾਡੇ ਕਾਲੇ ਕਾਨੂੰਨ ਜਿਹੜੇ ਵਾਪਸ ਹੋ ਚੜ ਗਏ ਉਸੇ ਦਿਨ ਸੈਲੀਬ੍ਰੇਟ ਆ ਸਾਡੇ ਵਾਸਤੇ ਤਾਂ ਕੱਲ੍ਹ ਕੋਈ ਨਵਾਂ ਸਾਲ ਨਹੀਂ ਸਾਡੇ ਵਾਸਤੇ ਜਿੱਦਾਂ ਦਾ 2020 ਚੱਲਦਾ ਪਿਆ ਅਸੀਂ ਉਹੀ ਸਮਝਾਂਗੇ ਠੀਕ ਆ ਨਾ ਕਿਉਂਕਿ ਸਰਕਾਰ ਵੀ ਨਹੀਂ ਸਾਡੀ ਕਿਸਾਨਾਂ ਦੀ ਸੁਣਦੀ ਆਮ ਕਰਕੇ ਅਤੇ ਬਹੁਤੇ ਲੋਕ ਆ ਵਿੱਚ ਜਿਹੜੇ ਭੜਕਾਊ ਵੀ ਆ ਭੁੜਕਦੇ ਬਹੁਤੇ ਆ ਕੰਮ ਕੋਈ ਨਹੀਂ ਕਰਦੇ ਅਤੇ ਉਹਨਾਂ ਵਾਸਤੇ ਵੀ ਇਹ ਸਪੈਸ਼ਲ ਵੀਡੀਓ ਪਲੀਜ਼ ਵੇਖਣ ਅਤੇ ਕਮੈਂਟ ਕਰਕੇ ਫਿਰ ਦੱਸਣ ਫਿਰ ਗਾਂ ਉਹਨਾਂ ਦੇ ਕਮੈਂਟਾਂ 'ਤੇ ਫਿਰ ਜਵਾਬ ਦਿੱਤੇ ਜਾਣਗੇ ਹਾਂਜੀ ਬਾਕੀ ਨਾ ਮੇਰੀ ਫੇਸਬੁੱਕ 'ਤੇ ਆਈ ਡੀ ਆ ਹਰਵਿੰਦਰ ਕੌਰ ਉਹਦੇ ਉੱਤੇ ਮੇਰੀ ਫੋਟੋ ਆ ਮੇਰੇ ਭਾਬੀ ਦੀ ਫੋਟੋ ਆ ਸੰਦੀਪ ਕੌਰ ਦੀ ਅਤੇ ਪਲੀਜ਼ ਉੱਥੇ ਵੀ ਮੈਂ ਵੀਡੀਓ ਜਿਹੜੀਆਂ ਆਪਣੀਆਂ ਸ਼ੇਅਰ ਕਰਦੀ ਹਾਂ ਹਰ ਰੋਜ਼ ਹੀ ਅਤੇ ਇੱਦਾਂ ਹੀ ਪਲੀਜ਼ ਉਹ 'ਤੇ ਵੀ ਵੱਧ ਤੋਂ ਵੱਧ ਉਹਨੂੰ ਫੋਲੋ ਕਰੋ ਠੀਕ ਆ ਜੀ ਬਾਕੀ ਮੇਰੀ ਇੰਸਟਾਗ੍ਰਾਮ ਆਈ ਡੀ ਆ ਬਾਕੀ ਪਲੀਜ਼ ਦੋ ਤਿੰਨ ਜਣੇ ਸ਼ਾਇਦ ਇੰਡੀਆ ਤੋਂ ਬਹੁਤ ਮੈਸੇਜ ਕਰਦੇ ਆ ਵੀ ਤੁਸੀਂ ਯਾਰ ਨੂੰ ਆਪਣਾ ਵਟਸਐਪ ਨੰਬਰ ਦੇ ਦਿਓ ਪਲੀਜ਼ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਫੋਨ ਕਰ ਲਿਆ ਕਰੋ ਮੇਰੀ ਇੰਸਟਾਗ੍ਰਾਮ ਆਈ ਡੀ ਆ ਰਵਿੰਦਰ ਕੌਰ ਦੇ ਨਾਂ 'ਤੇ ਆ ਅਤੇ ਤੁਸੀਂ ਉਹਨੂੰ ਜਾ ਕੇ ਉੱਥੇ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਅਤੇ ਮੈਂ ਪਲੀਜ਼ ਮੈਸੇਜ ਦਾ ਤੁਹਾਡਾ ਜਵਾਬ ਦੇ ਦੂੰਗੀ ਅਤੇ ਬਾਕੀ ਕਈਆਂ ਜਾਣਿਆਂ ਦੇ ਫੇਸਬੁੱਕ ਦੇ ਉੱਤੇ ਵੀ ਫੋਨ ਆਉਂਦੇ ਫੇਸਬੁੱਕ ਦੇ ਉੱਤੇ ਨੰਬਰ ਜਿਹੜਾ ਵਾ ਮੇਰੇ ਹਸਬੈਂਡ ਦਾ ਨੰਬਰ ਆ ਮੇਰਾ ਨਹੀਂ ਆ ਤਾਂ ਉਹ ਵੀ ਮੈਂ ਤੁਹਾਨੂੰ ਦੱਸਿਆ ਵੀ ਉਹ ਫੈਕਟਰੀ 'ਚ ਕੰਮ ਕਰਦੇ ਆ ਉਹ ਸਵੇਰੇ ਹੀ ਆਪਣਾ ਫੋਨ ਜਿਹੜਾ ਉੱਥੇ ਅਲਮਾਰੀ ਦੇ ਲੋਕ 'ਚ ਰੱਖ ਲੈਂਦੇ ਆ ਅਲਮਾਰੀ 'ਚ ਅਤੇ ਸ਼ਾਮ ਨੂੰ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਉਦੋਂ ਹੀ ਫੋਨ ਕੱਢ ਕੇ ਲਿਆਉਂਦੇ ਇਸ ਕਰਕੇ ਉਹਨਾਂ ਦਾ ਉਹ ਕੋਈ ਵੀ ਫੋਨ ਨਹੀਂ ਚੱਕਦੇ ਨਾ ਉਹਨਾਂ ਦਾ ਫੋਨ ਲੱਗਦਾ ਹੀ ਆ ਜਾਂ ਉਹਨਾਂ ਨੂੰ ਜਦੋਂ ਬ੍ਰੇਕ ਮਿਲਦੀ ਆ ਰੋਟੀ ਖਾਣ ਲਈ ਤਦੋ ਜਿਹੜੀ ਆ ਫੋਨ ਸਾਨੂੰ ਜੇ ਲੋੜ ਪਵੇ ਤਾਂ ਕਰ ਲੈਂਦੇ ਆ ਨਹੀਂ ਤਾਂ ਤੁਹਾਨੂੰ ਪਤਾ ਹੈ ਰੋਟੀ ਖਾਣ ਦੇ ਟਾਈਮ ਪੌਣਾ ਘੰਟਾ ਉਹਨਾਂ ਨੂੰ ਮਿਲਦਾ ਪੌਣੇ ਘੰਟੇ ਵਿੱਚ ਉਹ ਫੋਨ ਕਰਨ ਕੋਈ ਕੰਮ ਸਿਰਫ ਉਹ ਰੋਟੀ ਖਾ ਸਕਦੇ ਆ ਚਾਹ ਪੀ ਸਕਦੇ ਆ ਬਸ ਫਿਰ ਕੰਮ 'ਤੇ ਲੱਗ ਜਾਂਦੇ ਆ ਅਤੇ ਇਸ ਕਰਕੇ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਕਰ ਦਿਆ ਕਰੋ ਮੈਸੇਜ ਅਤੇ ਮੇਰੇ ਫੇਸਬੁੱਕ ਆਈ ਡੀ ਆ ਰਵਿੰਦਰ ਕੌਰ ਦੇ ਨਾਂ 'ਤੇ ਉੱਤੇ ਮੈਸੇਜ ਕਰ ਲਿਆ ਕਰੋ ਪਲੀਜ਼ ਮੇਰੇ ਕੋਲ ਹੀ ਆ ਉਹ ਆਈ ਡੀ ਮੇਰੇ ਨੰਬਰ 'ਤੇ ਸਿਰਫ ਨੰਬਰ ਹੀ ਉਹਨਾਂ ਦਾ ਆ ਅਤੇ ਆਈ ਡੀ ਮੇਰੀ ਆ ਮੈਨੂੰ ਪਲੀਜ਼ ਉੱਤੇ ਕਮੈਂਟ ਕਰ ਲਿਆ ਕਰੋ ਅਤੇ ਠੀਕ ਆ ਜੀ ਉੱਥੇ ਆਪਾਂ ਗੱਲਬਾਤ ਕਰ ਲਿਆ ਕਰਾਂਗੇ ਚਲੋ ਜੀ ਠੀਕ ਆ ਫਿਰ ਨਵੇਂ ਸਾਲ ਦੀ ਚਲੋ ਇੱਕ ਵਾਰੀ ਫਿਰ ਤੋਂ ਵਧਾਈ ਆ ਨਵਾਂ ਸਾਲ 1 ਤਰੀਕ 2021 ਆਉਣ ਵਾਲਾ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਏ ਵਧੀਆ ਓਕੇ ਜੀ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ।